रोजी रोटी कमाउण दे लई दुबई गया एक नौजवान। उत्थे जा के लापता हो चुका है। परिवारक मैंबरां दा रो रो के बुरा हाल है, पर नौजवान दा कुछ अता पता नहीं। खबर सुल्तानपुर लोधी तो सामने आई है, जिथों दा एक नौजवान विदेश गया सी रोजी रोटी कमाउण दे लई अपने चंगे भविख दे लई, पर हुण ओह नौजवान उत्थे लापता हो चुका है। 20-25 दिनों तो उस नौजवान दे नाल परिवारक मैंबरां दा कोई संपर्क नहीं होया, जिस तों बाद परिवारक मैंबर बेहद परेशान हो चुके ने। परिवारक मैंबरां दा कहना है कि दोस्तों दे नाल भी गलबात की गई है। दोस्तों का कहना है कि नौजवान का जो समान है कमरे के विच है। परिवारक मैंबर ने दस्या कि उन्होंने पुत्र का फोन भी बंद आ रहा है, इस करके हुण ओह पंजाब सरकार अगे संत सीचेवाल ਅੱਗੇ ਤੇ ਡਾਕਟਰ ਓਬਰੋਏ ਦੇ ਅੱਗੇ ਮਦਦ ਦੀ ਅਪੀਲ ਕਰ ਰਹੇ ਨੇ। ਮੇਰਾ ਨਾਮ ਚੰਨਣ ਕੌਰ ਹੈ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿੱਦਾਂ ਵੀ ਹੁੰਦੀ ਸਾਡੇ ਘਰ ਆ ਜਾਵੇ, ਸਾਡੀ ਗਰੀਬੀ ਕੱਟਣ ਗਿਆ ਸੀ ਤਾਂ ਘਰੋਂ ਬਾਹਰ ਨਿਕਲ ਗਿਆ, ਆਪਣੇ ਰੂਮ 'ਚੋਂ ਬਾਹਰ ਨਿਕਲ ਗਿਆ, ਕੱਪੜੇ ਉੱਥੇ ਛੱਡ ਗਿਆ ਵੇ। ਤੁਹਾਡੇ ਲੜਕੇ ਦਾ ਨਾਮ ਕੀ ਸੀ? ਉਹਦਾ ਨਾਮ ਬਲਜਿੰਦਰ ਸਿੰਘ ਜੀ। ਕਿੰਨੇ ਚਿਰ ਪਹਿਲਾਂ ਗਿਆ ਸੀ ਵਿਦੇਸ਼ ਜੀ? ਪਹਿਲਾਂ ਉਹ ਜਾਂਦਾ ਹੁੰਦਾ ਸੀ ਤਾਂ ਹੁਣ ਤਾਂ 9 ਮਹੀਨੇ ਹੋ ਗਏ ਹਨ ਗਏ ਨੂੰ। ਤੇ 9ਵੇਂ ਮਹੀਨੇ ਆਇਆ, ਕਹਿੰਦਾ ਮੈਂ ਛੁੱਟੀ ਕੀਤੀ ਏ, ਛੁੱਟੀ ਕਰਕੇ ਕਟਾ ਰਿਹਾ। ਤੇ ਜਦੋਂ ਦੂਜੇ ਆਏ ਨੇ ਉਹਨਾਂ ਵੇਖਿਆ ਕੱਪੜੇ ਵੀ ਉੱਥੇ ਪਏ ਨੇ, ਬੈਗ ਵੀ ਉੱਥੇ ਪਿਆ, ਬਲਜਿੰਦਰ ਉੱਥੇ ਹਨ ਨਹੀਂ। ਤੇ ਸਾਨੂੰ 8 ਦਿਨ ਹੀ ਪਤਾ ਲੱਗਾ ਵੀ ਉਹਨਾਂ ਦਾ ਜਿਹੜਾ ਨਾ ਕੋਈ ਨਾਲ ਉਹਨੇ ਡਿੱਗ ਪਿਆ ਤਾਂ ਮੋਬਾਇਲ ਸਾਨੂੰ ਉਹ ਮੋਬਾਇਲ ਜਿਹੜਾ ਆਪਣਾ ਉਹਦਾ ਬੰਦ ਹੁੰਦਾ ਹੈ ਉਹਦੇ ਵਿੱਚੋਂ ਕੱਢਿਆ ਇਹਨਾਂ, ਤੇ ਕੱਢ ਕੇ ਤੇ ਫਿਰ ਉਹਨਾਂ ਆਖਿਆ ਵੀ ਇੱਥੇ ਬਲਜਿੰਦਰ ਹਨੇ ਨਹੀਂ, ਤੇ ਅਜੇ ਵੀ ਸਾਨੂੰ ਪਤਾ ਨਹੀਂ ਲੱਗਣਾ, ਭਾਵੇਂ ਕੋਈ ਸਾਲ ਲੰਘ ਜਾਂਦਾ ਸਾਨੂੰ ਅਜੇ ਵੀ ਨਹੀਂ ਪਤਾ ਲੱਗਣਾ। ਤੁਹਾਡੇ ਨਾਲ ਕੋਈ ਕਿੰਨੇ ਕੁ ਚਿਰ ਹੋ ਗਿਆ ਗੱਲ ਨਹੀਂ ਹੋਈਗੀ? ਗੱਲ ਜਿੱਦਣ ਜਾਂਦਾ ਨਾ ਉਦਣ ਇੱਕ ਰਾਤ ਕੀਤਾ ਫੋਨ ਮੁੰਡੇ ਨੂੰ, ਕਹਿੰਦਾ ਸੀ ਅੰਦਰ ਸੁੱਤੇ ਆ ਤੇ ਮੈਨੂੰ ਇੱਦਾਂ ਹੱਥ ਮਾਰ ਗਿਆ। ਮੈਂ ਵੇਖਿਆ ਵੀ ਬੀਬੀ ਠੀਕ ਹੈ ਤੇ ਇੱਦਾਂ ਹੱਥ ਮਾਰਿਆ ਉਹਨੇ, ਤੇ ਉਦੋਂ ਬਾਅਦ 8-10 ਦਿਨ ਅਸੀਂ ਵੇਖਿਆ ਵੀ ਉਹਦਾ ਫੋਨ ਨੇ ਉਹਦਾ ਪਾਣੀ ਆਉਣ ਡਿਆ, ਉਹਦਾ ਫੋਨ ਆਉਂਦਾ ਸੀ ਤੇ ਜਦੋਂ ਆਉਂਦੇ ਨੇ ਵੀ ਉਹਦਾ ਫੋਨ ਅਜੇ ਵੀ ਨਹੀਂ ਆਉਂਦਾ। ਮੈਂ ਨੈੱਟ ਅਜੇ ਵੀ ਨਹੀਂ ਪਿਆ, ਜਦੋਂ ਇੰਨੀ ਗੱਲ ਕਰਦੇ ਤੇ ਫਿਰ ਫੋਨ ਨੰਬਰ ਤੇ ਨੈੱਟ ਦਿੱਤਾ ਨਹੀਂ, ਤੇ ਜਿਹੜਾ ਉਹਦਾ ਅੱਗੇ ਤੋਂ ਨੰਬਰ ਤੋਂ ਪੈਸੇ ਪਾਏ ਨੇ ਨਾ ਉਹ ਇੰਨਾ, ਮੈਂ ਉਹ ਕੱਢੋ ਵਿੱਚੋਂ ਜਿਹਦੇ ਤੋਂ ਪੈਸੇ ਪਾਏ ਨੇ, ਉਹ ਕਿਤੇ ਇਹਨਾਂ ਦੇ ਫੋਨ ਫੋਲ ਕਿਤੇ ਇਹਨਾਂ ਕੱਢਿਆ ਹੈ। ਕੱਢ ਕੇ ਤੇ ਉਹਦੇ ਤੋਂ ਗੱਲ ਕੀਤੀ, ਜਿਹੜੇ ਮੁੰਡੇ ਕੰਮ ਕਰਦੇ ਨੇ ਨਾਲ ਉਹਨਾਂ ਨੇ ਦੱਸਿਆ ਉਹਨੂੰ, ਤਾਂ ਪਤਾ ਹੀ ਨਹੀਂ ਲੱਗਣਾ ਬਲਜਿੰਦਰ ਕਿੱਥੇ ਚੱਲਿਆ ਗਿਆ, ਪਰ ਸਾਰਾ ਹੀ ਲੰਘ ਜਾਂਦੇ। ਰੋਟੀ ਕਮਾਉਣ ਗਏ ਸੀ? ਹਾਂਜੀ, ਰੋਜੀ ਰੋਟੀ ਕਮਾਉਣ ਗਏ ਸੀ। ਉਹ ਸਾਡੀ ਗਰੀਬੀ ਕੱਟਣ ਗਏ ਨੇ, ਸਾਡੀ ਕਹਿੰਦੇ ਤੁਹਾਡੀ ਗਰੀਬੀ ਕੱਟਣੇ। ਕਿਹੜੇ ਦੇਸ਼ ਗਏ ਸੀ? ਦੁਬਈ 'ਚ ਗਏ। ਦੁਬਈ 'ਚ ਗਏ? ਸਰਕਾਰ ਤੋਂ ਮੰਗ ਕਰਨੀ ਚਾਹੁੰਦੇ ਕੋਈ? ਸਰਕਾਰ ਤੋਂ ਮੰਗ ਚਾਹੁੰਦੇ ਹਾਂ ਵੀ ਸਾਡਾ ਬਲਜਿੰਦਰ ਘਰੇ ਆ ਜਾਏ, ਅਸੀਂ ਸਰਕਾਰ ਤੋਂ ਮੰਗ ਚਾਹੁੰਦੇ, ਅਸੀਂ ਮਰ ਚੱਲੇ ਇੱਥੇ ਨਹੀਂ ਤੇ ਸਾਡਾ ਨਹੀਂ ਹਾਲ ਕੋਈ ਵੀ। ਅਸੀਂ ਮੈਂ ਦਿਨ ਰਾਤ ਰੋਨੀ ਆ, ਮੇਰੀਆਂ ਅੱਖਾਂ ਵੀ ਖਰਾਬ ਹੋ ਗਈਆਂ ਰੋ ਰੋ ਕੇ, ਮੈਨੂੰ ਭੁੱਲਦਾ ਹਨੇ ਆਏ ਕਿੱਥੇ ਗਿਆ ਹੈ, ਮੈਨੂੰ ਭੁੱਲਦਾ ਨਹੀਂ ਹੈਗਾ, ਮੈਨੂੰ ਭੁਲਾਉਣਾ ਹੀ ਮੈਨੂੰ ਤਾਂ ਵੀ ਨਹੀਂ ਭੁੱਲਦਾ, ਮੈਂ ਮੈਨੂੰ ਨਹੀਂ ਭੁੱਲਦਾ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਜੀਤ ਕੌਰ, ਪਿੰਡ ਭਾਗੋ ਰਾਈਆਂ ਤੋਂ ਹਾਂ ਜੀ। ਬਾਕੀ ਮੇਰੇ ਬਲਜਿੰਦਰ ਸਿੰਘ ਬ੍ਰਦਰ ਲੱਗਦੇ ਨੇ, ਉਹ ਦੁਬਈ ਵਿੱਚ ਤਕਰੀਬਨ 1 ਸਾਲ ਪਹਿਲਾਂ ਗਏ ਸੀਗੇ ਕੰਮ ਕਰਨ ਵਾਸਤੇ, ਰੋਜ਼ੀ ਰੋਟੀ ਕਮਾਉਣ ਵਾਸਤੇ। ਉਹ ਸਰ ਇੱਕ ਡਿਸਕਵਰੀ ਕੰਪਨੀ ਹੈ ਜੀ, ਸਪਲਾਈ ਦੀ ਕੰਪਨੀ, ਉਸ ਦੇ ਵਿੱਚ ਇੱਕ ਸ਼ਾਇਦ ਲੇਬਰ ਦਾ ਹੀ ਕੰਮ ਕਰਦੇ ਹੋਣਗੇ ਕੈਂਪ ਦੇ ਵਿੱਚ। ਕਿੰਨੇ ਚਿਰ ਤੋਂ? ਉਹ ਸਰ ਤਕਰੀਬਨ ਜਦੋਂ ਦੇ ਗਏ ਉਦੋਂ ਦੇ ਹੀ, ਉੱਥੇ 1 ਸਾਲ ਦੇ ਤਕਰੀਬਨ ਹੋ ਚੱਲਿਆ, ਉਦੋਂ ਦੇ ਹੀ ਉਹ ਸਪਲਾਈ ਦੀ ਕੰਪਨੀ ਹੈ ਡਿਸਕਵਰੀ, ਅਤੇ ਮੁਫਰਕ ਏਰੀਆ ਹੈ ਜਿੱਥੇ ਉਹ ਕੰਮ ਕਰਦੇ ਸੀਗੇ ਜੀ। ਕੰਪਨੀ ਦੇ ਕੁਆਟਰਾਂ 'ਚ ਰਹਿੰਦੇ ਕਿੱਦਾਂ? ਹਾਂਜੀ ਜੀ, ਕੰਪਨੀ ਦੇ ਰੂਮਾਂ ਵਿੱਚ ਹੀ ਰਹਿੰਦੇ ਸੀ, ਜਿੱਦਾਂ ਕੈਂਪ ਨੇ ਵੱਡੇ ਵੱਡੇ ਉੱਥੇ ਰੂਮ ਵਿੱਚ ਰਹਿੰਦੇ ਸੀ, ਕਮਰਾ ਨੰਬਰ 212 ਜੀ। ਤੁਹਾਨੂੰ ਕਿੱਦਾਂ ਜਾਣਕਾਰੀ ਮਿਲੀ ਕਿ ਮਤਲਬ ਲਾਪਤਾ ਹੋ ਗਿਆ? ਸਰ ਸਾਨੂੰ ਮੇਰੇ ਬ੍ਰਦਰ ਤਾਂ 12 ਜੁਲਾਈ ਤੋਂ ਲਾਪਤਾ ਨੇ, ਲੇਕਿਨ ਉਹਨਾਂ ਦੇ ਦੋਸਤ ਨਾਲ ਸਾਡੀ ਗੱਲਬਾਤ 19 ਜੁਲਾਈ ਦਿਨ ਬੁੱਧਵਾਰ ਨੂੰ ਹੋਈ ਹੈ, ਜੋ ਕਿ ਉਹਨਾਂ ਦੇ ਦੱਸਣ ਮੁਤਾਬਕ ਹੀ ਸਾਨੂੰ ਪਤਾ ਲੱਗਾ ਕਿ ਬਲਜਿੰਦਰ ਸਿੰਘ 12 ਜੁਲਾਈ ਤੋਂ ਰੂਮ ਵਿੱਚੋਂ ਲਾਪਤਾ ਨੇ। ਤੁਸੀਂ ਉਹਨਾਂ ਦੇ ਨਾਲ ਕੋਈ ਗੱਲਬਾਤ ਕੀਤੀ ਜਦੋਂ ਤੁਹਾਨੂੰ ਪਤਾ ਲੱਗਾ, ਤਾਂ ਬਲਜਿੰਦਰ ਨਾਲ ਫੋਨ 'ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ?
हाँ जी सर, अभी बलजिंदर दा फोन तो लाते रहे हैं, लेकिन स्विच ऑफ आता रहा, नैट भी बंद है, सीधी डायरैक्ट कॉल भी लाते रहे हैं, वह भी स्विच ऑफ आ रहा है। बाकी उन्होंने दोस्तों ने भी यही गल कही है कि बलजिंदर सिंह नूं असीं भी इधरों फोन लाते रहे हैं, लेकिन उन्होंने फोन नहीं लग रहा जी। बलजिंदर सिंह 12 जुलाई तो ही लापता ने। ਸਾਡੀ ਆਖਰੀ ਵਾਰ ਕੀ ਗੱਲਬਾਤ ਹੋਈ ਸੀ ਉਹਨਾਂ ਨਾਲ, ਕਦੋਂ ਗੱਲਬਾਤ ਹੋਈ ਸੀ? ਸਾਡੀ ਤਾਂ ਗੱਲਬਾਤ ਜੀ 7-8 ਜੁਲਾਈ ਨੂੰ ਸ਼ਾਇਦ ਹੋਈ ਸੀ, ਲੇਕਿਨ ਉਹਨਾਂ ਦੇ ਦੋਸਤਾਂ ਨੂੰ 11 ਜੁਲਾਈ ਨੂੰ ਫੋਨ ਉਹਨਾਂ ਨੇ ਲਾਇਆ, ਮੇਰੇ ਬ੍ਰਦਰ ਨੇ ਉਧਰੋਂ, ਲੇਕਿਨ ਉਹ ਉਠਾ ਨਹੀਂ ਪਾ ਰਹੇ, ਗੱਲਬਾਤ ਨਹੀਂ ਹੋਈ ਹੈਗੀ ਉਹਦੇ ਦੋਸਤਾਂ ਦੇ ਨਾਲ ਉਹਦੀ। ਇਹ ਦੋਸਤ ਨੇ ਉਹਨਾਂ ਨੇ ਮਤਲਬ ਕੀ ਹਾਲਾਤ ਦੱਸੇ ਨੇ ਜਿਹੜੇ ਰੂਮ ਦੇ, ਜਾਂ ਕੀ ਗੱਲਬਾਤ ਉਹਨਾਂ ਨਾਲ ਤੁਹਾਡੀ ਹੋਈ? ਹਾਂਜੀ ਸਰ, ਉਹਨਾਂ ਨੇ ਤਾਂ ਇਹੀ ਦੱਸੀ ਹੈ ਕਿ ਅਸੀਂ 12 ਜੁਲਾਈ ਨੂੰ ਕੰਮ ਤੇ ਗਏ ਹਾਂ, ਡਿਊਟੀ ਤੇ ਗਏ ਹਾਂ, ਬਲਜਿੰਦਰ ਸਿੰਘ ਨੇ ਛੁੱਟੀ ਕੀਤੀ ਸੀ, ਉਸ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਆਪਣੇ ਕੰਮ ਤੋਂ ਵਾਪਸ ਆਏ ਨੇ ਤੇ ਆਉਂਦੇ ਨੂੰ ਬਲਜਿੰਦਰ ਸਿੰਘ ਰੂਮ ਦੇ ਵਿੱਚ ਨਹੀਂ ਸੀ ਹੈਗਾ, ਲੇਕਿਨ ਉਹਦੇ ਕੱਪੜੇ, ਚਾਰਜਰ ਵਗੈਰਾ ਸਾਰਾ ਸਮਾਨ ਉੱਥੇ ਹੀ ਕਮਰੇ ਵਿੱਚ ਹੀ ਪਿਆ ਆ। ਉਸ ਤੋਂ ਬਾਅਦ ਉਹਨਾਂ ਦੇ ਦੋਸਤਾਂ ਨੇ ਇਹੀ ਗੱਲ ਕਹੀ ਹੈ ਕਿ ਅਸੀਂ ਆਪਣੇ ਕੈਂਬੋਸ ਨੂੰ ਦੱਸ ਦਿੱਤਾ ਕਿ ਸਾਡਾ ਬੰਦਾ ਇੱਕ ਗਾਇਬ ਹੈ, ਨਾ ਤਾਂ ਸਾਡੇ ਰੂਮ ਵਿੱਚ ਹੈ ਤੇ ਨਾ ਹੀ ਉਹ ਆਪਣੇ ਕੰਮ ਤੇ ਜਾ ਰਿਹਾ। ਅਸੀਂ ਸਰ ਹੁਣ ਇਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਸਾਡਾ ਬ੍ਰਦਰ ਜਲਦ ਤੋਂ ਜਲਦ ਉਹਦੀ ਭਾਲ ਕਰਕੇ ਸਾਡੇ ਪੰਜਾਬ, ਇੰਡੀਆ ਸਾਡੇ ਪਰਿਵਾਰ ਵਿੱਚ ਭੇਜਿਆ ਜਾਵੇ। ਅਸੀਂ ਤਾਂ SK ਓਬਰਾਏ ਸਰ ਜੀ ਨੂੰ ਵੀ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਔਰ ਉਸ ਤੋਂ ਬਾਅਦ 'ਚ ਸੰਤ ਸੀਚੇਵਾਲ ਜੀ ਰਾਜ ਸਭਾ ਮੈਂਬਰ ਨੂੰ ਵੀ, ਅਤੇ ਪੰਜਾਬ ਸਰਕਾਰ ਨੂੰ ਇਹੀ ਮੰਗ ਕਰਨਾ ਚਾਹੁੰਦੇ ਹਾਂ ਕਿ ਮੇਰੇ ਭਰਾ ਨੂੰ ਉੱਥੋਂ ਪਤਾ ਕਰਕੇ ਅਤੇ ਸਾਡੇ ਪੰਜਾਬ, ਇੰਡੀਆ ਜਲਦ ਭੇਜਿਆ ਜਾਵੇ। ਮਾਤਾ ਜੀ ਨੇ, ਬਜ਼ੁਰਗ ਨੇ, ਦੱਸਿਆ ਜਾ ਰਿਹਾ ਬਿਮਾਰ ਵੀ ਨੇ, ਹਾਲਾਤ ਨੇ ਇਸ ਸਮੇਂ ਕਰ ਲਏ ਸਰ? ਬਿਮਾਰ ਮਾਤਾ ਜੀ ਵੀ ਬਹੁਤ ਪਰੇਸ਼ਾਨ ਨੇ, ਪਰੇਸ਼ਾਨ ਸਾਰਾ ਪਰਿਵਾਰ ਹੀ, ਅਸੀਂ ਸਾਰਾ ਪਰਿਵਾਰ ਬਿਮਾਰ ਪਏ ਹੋਏ ਹਾਂ ਜੀ। ਮਾਤਾ ਜੀ ਵੀ ਬਹੁਤ ਟੈਨਸ਼ਨ ਲੈਂਦੇ ਕਿਉਂਕਿ ਉਹ ਪਹਿਲਾਂ ਹੀ ਹਾਰਟ ਦੇ ਪੇਸ਼ੈਂਟ ਨੇ, ਪਰ ਇਹ ਗੱਲ ਨਹੀਂ ਸੁਣ ਸਕੇ ਉਹ, ਇਸ ਕਰਕੇ ਉਸ ਤੋਂ ਵੀ ਜ਼ਿਆਦਾ ਬਿਮਾਰ ਹੋ ਚੁੱਕੇ ਨੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਵਿੱਚ ਸਾਡੇ ਭਰਾ ਨੂੰ ਵਾਪਸ ਲਿਆਂਦਾ ਜਾਵੇ, ਜਿਹੜੇ ਵੀ ਉਹ ਹਾਲਾਤਾਂ ਵਿੱਚ ਆ ਉਸ ਨੂੰ ਛਡਵਾ ਕੇ, ਜਾਂ ਉਹ ਕਿਤੇ ਹੋਸਪਿਟਲ ਹੈ, ਜਾਂ ਉਹ ਕਿਸੇ ਦੁੱਖ ਤਕਲੀਫ 'ਚ ਹੈ, ਜਾਂ ਕਿਤੇ ਉਹ ਪੁਲਿਸ ਸਟੇਸ਼ਨ ਵਿੱਚ ਜੇਲ੍ਹ ਵਿੱਚ ਹੈ, ਉਹਨੂੰ ਜਿੱਥੇ ਵੀ ਹੈਗਾ ਉਹਦਾ ਭਾਲ ਕਰਕੇ, ਹੁਣ ਉਹ ਦੁਬਈ ਸਰਕਾਰ ਵਾਲੇ ਹੀ, ਸਾਡੇ ਕੰਪਨੀ ਵਾਲੇ ਹੀ ਸਾਡਾ ਕਰ ਸਕਦੇ ਨੇ ਹੱਲ ਮਸਲਾ, ਕਿਉਂਕਿ ਅਸੀਂ ਤਾਂ ਪੰਜਾਬ ਵਿੱਚ ਰਹਿ ਰਹੇ ਹਾਂ, ਅਸੀਂ ਹੁਣ ਸਿਰਫ ਇਹੀ, ਅਸੀਂ ਤਾਂ ਮੀਡੀਆ ਰਾਹੀਂ ਗੁਹਾਰ ਲਾ ਸਕਦੇ ਹਾਂ ਕਿਉਂਕਿ ਅਸੀਂ ਉੱਥੇ ਜਾ ਨਹੀਂ ਸਕਦੇ। ਬਾਕੀ ਜੋ ਵੀ ਕੰਮ ਕੰਪਨੀ ਕਰ ਸਕਦੀ ਹੈ ਜੀ, ਕੰਪਨੀ ਹੀ ਉਹਦਾ, ਜਿਹੜੇ ਕੰਪਨੀ ਮੈਂਬਰ ਨੇ, ਕੈਂਬੋਸ ਨੇ, ਉਹੀ ਉਹਨੂੰ ਲੱਭ ਕੇ ਅਤੇ ਉਹੀ ਸਾਨੂੰ, ਸਾਡੇ ਹਵਾਲੇ ਉਹ ਕਰ ਸਕਦੇ ਨੇ ਜੀ।